ਆ ਮੈਨੂੰ ਤਾਂ ਮੇਰੇ ਘਰਦਿਆਂ ਦੀ ਗੱਲ ਨਹੀਂ ਸਮਝ ਲੱਗਦੀ। ਜੇ ਘਰੇ ਬਹਿ ਜਾਓ, ਉਹਨਾਂ ਦੇ ਜਵਾਕਾਂ ਵੱਲ ਹੀ ਦੇਖ ਲਾ, ਸਾਰੇ ਕੰਮ ਕਾਰ ਕਰੀ ਜਾਂਦੇ, ਤੂੰ ਵੀ ਕਿਸੇ ਕੰਮ ਕਾਰ 'ਤੇ ਲੱਗ ਜਾ। ਜੇ ਬਾਹਰੇ ਫਿਰੀ ਜਾ, ਸਾਰੀ ਦਿਹਾੜੀ ਕੌਲੇ ਕੱਸਦਾ ਫਿਰੀ ਜਾਂਦਾ, ਘਰੇ ਵੀ ਬਹਿ ਜਾ ਕਰ, ਦੱਸੋ ਬੰਦਾ ਕੀ ਕਰੇ। ਅੱਜ ਮੈਂ ਤੁਹਾਨੂੰ ਦੱਸਦਾ ਵੀ ਕੁੜੀਆਂ ਅਤੇ ਮੁੰਡਿਆਂ 'ਚ ਕੀ ਡਿਫਰੈਂਸ ਹੁੰਦਾ। ਜੇ ਵਿਚਾਰੇ ਦੋ ਮੁੰਡੇ ਕਮਰੇ 'ਚ ਬੈਠੇ ਹੋਣਗੀਆਂ, ਉਹਨਾਂ ਗੱਲਾਂ ਕੀ ਕਰਨੀਆਂ, ਭਰਾ ਆਪਾਂ ਇੱਦਾਂ ਕਨੇਡਾ ਜਾਵਾਂਗੇ, ਇੱਦਾਂ ਕਰਾਂਗੇ, ਭਰਾ ਇੱਦਾਂ ਆਪਾਂ ਉੱਦਾਂ, ਭਰਾ ਆਪਾਂ ਭੰਗੜਾ ਸਿੱਖਦੇ ਹਾਂ, ਜਿੰਮ ਜਾਂਦੇ ਹਾਂ। ਅਤੇ ਕੁੜੀਆਂ ਇੱਕ ਉੱਥੇ ਬੈਠੀ ਹੋਊ, ਇੱਕ ਉੱਥੇ, ਨਾਲ ਦੀ ਨਾਲ ਭਲਾ ਕੀ ਗੱਲਾਂ ਕਰਨੀ ਆ। ਇਹ ਤਾਂ ਸੂਟ ਵੇ ਕਿੱਡਾ ਭੈੜਾ ਜਿਹਾ ਸੂਟ ਹੀ ਉਹਦਾ, ਹੈ ਨਾ, 500 ਦਾ ਮਿਲ ਜਾਂਦਾ ਇੱਡਾਂ ਦਾ। ਇੰਨਾ ਨਾ ਇੱਕ ਦੂਜੀ ਤੋਂ ਸੜਦੀਆਂ ਰਹਿਣਾ ਕਰਨਾ ਕੁਛ ਨਹੀਂ ਹੁੰਦਾ। ਇਹਦੀ ਨੌ ਪਾਲਚ ਦਾ ਰੰਗ ਦੇ, ਪਾਲਾ ਹੀ ਭੈੜਾ, ਲਾਲ ਰੰਗ ਵੀ ਕੋਈ ਲਾਉਣ ਵਾਲਾ ਹੁੰਦਾ। ਕੁੜੀਆਂ ਮੈਨੂੰ ਦੱਸੋ ਕਿਉਂ ਕਿਉਂ ਹੁੰਦਾ ਇਹ ਤੁਹਾਡੇ 'ਚ ਇਹ ਕੀੜਾ, ਸਾਡੇ ਮੁੰਡਿਆਂ 'ਚ ਕਿਉਂ ਨਹੀਂ ਹੈਗੀ ਇਹੋ ਜਿਹੀ ਗੱਲ ਕੋਈ। ਯਾਰ ਅੱਜ ਦਿਨ ਹੀ ਬੜਾ ਬੋਰਿੰਗ ਜਿਹਾ ਤੇ। ਆਹੋ ਯਾਰ, ਕੋਈ ਡਰਾਉਣੀ ਫਿਲਮ ਵੇਖੀ ਭੂਤਾਂ ਵਾਲੀ? ਓ ਨੋ। ਆਹੋ ਯਾਰ, ਜਾ ਲਿਆ ਆਪਣੇ ਵਿਆਹ ਵਾਲੀ ਫਿਲਮ ਕੱਢ ਕੇ। ਕੀ ਹੋਇਆ ਨਾ ਹਾਲੀ ਨਾ ਸਾਡੇ। ਮੇਰੇ ਅੰਦਰ ਤਾਂ ਹਲੇ ਤੱਕ ਬਚਪਨਾ ਹੀ ਨਹੀਂ ਮੁੱਕ ਰਿਹਾ, ਜਿਹੜੇ ਮੇਰੇ ਨਾਲ ਪੜ੍ਹਦੇ ਸੀ ਉਹਨਾਂ ਦੇ ਦੋ ਦੋ ਜਵਾਕ ਵੀ ਹੋ ਗਏ। ਤੂੜੀਏ, ਅਸੀਂ ਕਾਹਤੋਂ ਕਰੀ ਜਾਂਦੀਆਂ, ਤੂੰ ਐਂ ਕਾਹਤੋਂ ਕਰੀ ਜਾਂਦੀਆਂ, ਇੱਕ ਸਾਥੇ ਕਾਹਤੋਂ ਨਹੀਂ ਖੜਦੀ ਤੂੰ? ਜਿਨ੍ਹਾਂ ਨੇ ਪਹਿਲਾਂ ਵੇਚ ਲਈ ਉਹ ਪਛਤਾਈ ਜਾਂਦੇ ਆ, ਜਿਨ੍ਹਾਂ ਨੇ ਹੁਣ ਵੇਚ ਲਈ ਉਹ ਪਛਤਾਈ ਜਾਂਦੇ, ਜਿਹੜੇ 400 ਨੂੰ ਵੇਚ ਗਏ ਉਹ ਤਾਂ ਕੰਨਾਂ 'ਚ ਟੱਕਰਾਂ ਹੀ ਮਾਰੀ ਜਾਂਦੇ, ਕੰਨਾਂ 'ਚ ਟੱਕਰਾਂ ਹੀ ਮਾਰੀ ਜਾਂਦੇ ਆ। ਉਹਨਾਂ ਨੂੰ ਆਪਦੇ ਪੈਸੇ ਨਾਲ ਕੋਈ ਮਤਲਬ ਨਹੀਂ, ਉਹ ਤਾਂ ਹੁਣ ਐਂ ਖੂਨ ਮੱਚੀ ਜਾਂਦਾ ਵੀ ਹੁਣ 800 ਨੂੰ ਹੋ ਰਹੀ ਹੈ। ਜਿਹੜੇ 800 ਨੂੰ ਵੇਚੀ ਜਾਂਦੇ ਉਹ ਐਂ ਉਲਝੀ ਜਾਂਦੇ ਵੀ ਕਿਤੇ 1200 ਨੂੰ ਨਾ ਹੋ ਜੇ, ਜੇ ਕਿਤੇ 1200 ਨੂੰ ਹੋ ਜੇ ਫਿਰ ਤਾਂ ਖਤਮ ਪਾਲ ਕੰਮ ਕਰ ਦੇਣਗੇ, ਕਿੱਥੇ ਜਾ ਕੇ ਖੜੇਗੀ? ਸਵਾਤਾਂ ਦੇ ਖੂੰਜੇ ਦੱਸਣ ਲਾ ਦੇ ਤੈਂ, ਭੂਗਲੀਆਂ ਟਰਾਲੀਆਂ ਨੇ ਕਾਲਜੇ ਕੱਢ ਲਏ ਸਾਡੇ, ਕਾਲਜੇ ਕਿੱਥੇ ਜਾਵੇਂਗੀ? ਚੱਲ ਪੋਜ ਮਾਰ, ਇੱਧਰ ਵੇ ਕਿੱਡੀ ਘੈਂਟ ਫੋਟੋ ਆਈ। ਓ ਭਰਾਵਾ, ਕੋਈ ਫੋਟੋ ਤੈਨੂੰ ਇੱਕ ਕੰਮ ਨਹੀਂ ਚਾਹੀਦਾ ਤੇਰਾ ਕਰਨਾ। ਤੂੰ ਇਹਦੇ ਨਾਲ ਕੱਲ ਲੜੀ ਜਾਣਾ ਵਾ। ਮੰਮੀ ਨੂੰ ਇੱਕ ਫੋਟੋ ਖਿੱਚਣ ਨੂੰ ਕਿਹਾ, ਵੇਲਾ ਫੋਟੋ ਖਿੱਚੀ ਮਗਰ ਕੁੱਤਾ ਆ ਗਿਆ ਵਾ। ਤੇ ਤੂੰ ਫੋਟੋ ਤੇ ਲਿਖਦੀ ਵੀ ਅਗਲਾ ਮੈਂ ਆ। ਸੱਜਣਾ, ਬੜੇ ਦਿਨਾਂ ਬਾਅਦ ਖੁਸ਼ ਦੇਖਿਆ, ਲੱਗਦਾ ਮੋਦੀ ਵਾਲਾ 2000 ਆ ਗਿਆ ਤੈਨੂੰ, ਜਿਹੜਾ ਪਾਸਾ ਜਿਹਾ ਵੱਟ ਕੇ ਲੰਘਦਾ। ਕੋਈ ਨਾ, ਭੱਜ ਕਿੱਥੋਂ ਤੱਕ ਭੱਜਦਾ, 1000 ਤਾਂ ਤੇਰਾ ਲਵਾ ਕੇ ਛੱਡਾਂਗੇ। ਪੁਰਾਣੇ ਪਾਪੀਆਂ ਅੱਜ ਕੱਲ ਵੇਖ ਲਓ, ਨਿੱਕੇ ਨਿੱਕੇ ਨਿਆਣੇ ਪਿਆਰ ਕਰਨ ਡੇ ਆ, ਹਨਾ, GF BF ਬਣਾ ਕੇ ਖੁਸ਼ ਹੋ ਜਾਂਦੇ ਆ, ਤੇ ਸਾਡੇ ਵਰਗੇ ਆਪਣੀਆਂ ਕਾਪੀਆਂ ਨੂੰ ਵੇਖ ਕੇ ਖੁਸ਼ ਹੁੰਦੇ ਹੁੰਦੇ, ਜਦੋਂ ਰਿਜ਼ਲਟ ਆਉਂਦਾ ਹੁੰਦਾ ਸੀ ਕਿ ਗੁੱਡ ਲਿਖਿਆ, ਵੈਰੀ ਗੁੱਡ ਲਿਖਿਆ, ਕਿ ਵੈਰੀ ਵੈਰੀ ਗੁੱਡ ਲਿਖਿਆ, ਤੇ ਜਾਂ ਫਿਰ ਸਾਨੂੰ ਖੁਸ਼ੀ ਹੁੰਦੀ ਸੀ ਕਦੋਂ ਸਾਡੀ ਪੈਨ ਤੋਂ ਛੁੱਟੇ ਤੇ ਹੀ ਪੈਨ ਤੇ ਆ ਗਈ। ਬੰਬੀ ਹਾਂ ਬੋਲੇ, ਇਹ ਗੱਲ ਦੱਸੋ। ਹਾਂਜੀ, ਇਹ ਹਸਬੈਂਡ ਲੋਕ ਬੜੇ ਖੁਸ਼ ਹੁੰਦੇ ਨੇ ਨਾ ਜਦੋਂ ਇਹਨਾਂ ਦੀਆਂ ਵਾਈਫ ਪੇਕੇ ਜਾਂਦੀਆਂ। ਨਾ ਨਾ, ਮੈਂ ਤਾਂ ਬਿਲਕੁਲ ਇੱਦਾਂ ਦਾ ਨਹੀਂ ਆ, ਮੈਨੂੰ ਤਾਂ ਗਵਾਂਢਣ ਗਈ ਦਾ ਵੀ ਬੜਾ ਦੁੱਖ ਲੱਗਦਾ। ਅੱਛਾ,